ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਤੁਸੀਂ ਵੇਖ ਰਹੇ ਹੋ PTC ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝੀਏ, ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਪੰਗੜ। ਅੱਜ ਸਭ ਤੋਂ ਪਹਿਲਾਂ ਤੁਹਾਨੂੰ ਕੁਝ CCTV ਤਸਵੀਰਾਂ ਵਿਖਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਇੱਕ ਸਿਰਫਿਰਾ ਕੈਦ ਹੋਇਆ, ਉਸਦੇ ਵੱਲੋਂ ਕੀਤਾ ਗਿਆ ਇੱਕ ਵੱਡਾ ਕਾਰਾ ਕੈਦ ਹੋਇਆ। ਹੁਣ ਜੋ ਤਸਵੀਰਾਂ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਵਾਕਈ ਹੋਸ਼ ਫਾਖਤਾ ਕਰ ਦੇਣ ਵਾਲੀਆਂ ਨੇ। ਜੋ ਰਿਪੋਰਟ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਸ ਤੋਂ ਵੇਖਿਓ ਜ਼ਰਾ ਜਿਗਰਾ ਰੱਖ ਕੇ। ਪੁਰਾਣੀ ਰੰਜਿਸ਼ ਨੇ ਕਰਾਇਆ ਵੱਡਾ ਕਾਰਨ, ਤਿੰਨ ਲੋਕਾਂ ਤੇ ਸਿਰਫਿਰੇ ਨੇ ਚੜਾਈ ਕਾਰ। CCTV ਚ ਕੈਦ ਹੋਈ ਸਾਰੀ ਵਾਰਦਾਤ। ਜੀ ਹਾਂ, ਅਗਲੇ ਕੁਝ ਸਕਿੰਟਾਂ ਚ ਜੋ ਹੋਣ ਵਾਲਾ ਹੈ ਉਸ ਨੂੰ ਵੇਖਣ ਤੋਂ ਬਾਅਦ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਤੁਹਾਡਾ ਮੂੰਹ ਅੱਡਿਆ ਦਾ ਅੱਡਿਆ ਰਹਿ ਜਾਵੇਗਾ। ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ। ਇਹਨਾਂ ਤਸਵੀਰਾਂ ਨੂੰ ਜ਼ਰਾ ਜਿਗਰਾ ਰੱਖ ਕੇ ਵੇਖਿਓ, ਤੇ ਜੇਕਰ ਤੁਸੀਂ ਕਮਜ਼ੋਰ ਦਿਲ ਦੇ ਹੋ ਤਾਂ ਇਹ ਖਬਰ ਨਾ ਹੀ ਵੇਖਿਓ ਤਾਂ ਚੰਗਾ ਹੈ। ਜੀ ਹਾਂ, ਤਿੰਨ ਲੋਕ ਸੜਕ ਤੇ ਤੁਰੇ ਜਾ ਰਹੇ ਨੇ। ਸਭ ਕੁਝ ਆਮ ਵਰਗਾ ਲੱਗਦਾ ਹੈ, ਪਰ ਅਚਾਨਕ ਇਹਨਾਂ ਚੋਂ ਇੱਕ ਨੌਜਵਾਨ ਪਿੱਛੇ ਮੁੜ ਕੇ ਵੇਖਦਾ ਹੈ ਤੇ ਉਸ ਨੂੰ ਆਪਣੇ ਵੱਲ ਤੇਜ਼ੀ ਨਾਲ ਵੱਧ ਰਿਹਾ ਖਤਰਾ ਨਜ਼ਰ ਆ ਜਾਂਦਾ ਹੈ। ਉਹ ਬਾਕੀ ਤੁਹਾਨੂੰ ਵੀ ਸਾਵਧਾਨ ਕਰ ਸੜਕ ਤੋਂ ਦੂਰ ਕਰ ਦਿੰਦਾ ਹੈ। ਪਰ ਇੰਨੇ ਚ ਹੀ ਅਚਾਨਕ ਜੀ ਹਾਂ ਇਹ ਕਾਰ ਤੇਜ਼ੀ ਨਾਲ ਇਹਨਾਂ ਤਿੰਨਾਂ ਨੂੰ ਦਰੜਦੀ ਹੋਈ ਨਿਕਲ ਜਾਂਦੀ ਹੈ। ਤੇ ਜੇਕਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਜ਼ਹਿਨ 'ਚ ਆ ਰਿਹਾ ਹੈ ਜਿਵੇਂ ਇਸ ਸਿਰਫਿਰੇ ਕਾਰ ਸਵਾਰ ਨੇ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਹੈ, ਤਾਂ ਜਨਾਬ ਤੁਸੀਂ ਸਹੀ ਸੋਚ ਰਹੇ ਹੋ। ਜੀ ਹਾਂ, ਲੋਕ ਅੰਡੇ ਖੜੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਖੰਨਾ ਤੋਂ ਨਿਕਲ ਕੇ ਸਾਹਮਣੇ ਆਈਆਂ, ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਨੇ ਤਿੰਨ ਲੋਕਾਂ ਤੇ ਗੱਡੀ ਚੜਾ ਦਿੱਤੀ। ਵਾਰਦਾਤ ਪਿੰਡ ਰਾਮਗੜ੍ਹ 'ਚ ਵਾਪਰੀ ਹੈ, ਜਿਸ 'ਚ ਇੱਕ ਸ਼ਖਸ ਗੰਭੀਰ ਤੌਰ 'ਤੇ ਜ਼ਖਮੀ ਦੱਸਿਆ ਜਾ ਰਿਹਾ। ਮਾਮਲੇ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ DSP ਵੱਲੋਂ ਦੱਸਿਆ ਗਿਆ ਕਿ ਪਿੰਡ ਰਾਮਗੜ੍ਹ 'ਚੋਂ ਦੀਪ ਸਿੰਘ ਆਪਣੇ ਪਿਤਾ ਤੇ ਚਾਚਾ ਨਾਲ ਲੰਘ ਰਿਹਾ ਸੀ। ਇਸੇ ਦੌਰਾਨ ਇੰਦਰਜੀਤ ਸਿੰਘ ਨਾਮ ਦੇ ਸ਼ਖਸ ਨੇ ਇਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਇਹਨਾਂ 'ਤੇ ਗੱਡੀ ਚੜਾ ਦਿੱਤੀ, ਜਿਸ 'ਚ ਇੱਕ ਸ਼ਖਸ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਇਹ ਰਾਮਗੜ੍ਹ ਪਿੰਡ ਦਾ ਮਾਮਲਾ ਹੈਗਾ, ਜਿੱਥੇ ਜਿਹੜਾ ਹੈਗਾ ਉਪਕਰਨ ਸਿੰਘ ਜਿਹੜਾ ਕੰਪਲੇਨੈਂਟ ਹੈ ਉਹਨੇ ਕੰਪਲੇਂਟ ਕੀਤੀ ਹੈਗੀ ਹੈ ਇੰਦਰਜੀਤ ਦੇ ਖਿਲਾਫ਼, ਜੀ ਵੀ ਸਾਡੇ ਉੱਤੇ ਨੇ, ਅਸੀਂ ਤਿੰਨ ਜਣੇ ਖੜ੍ਹੇ ਸੀਗੇ, ਉਪਕਰਨ ਖੜ੍ਹਾ ਸੀ, ਸੁਖਵਿੰਦਰ ਖੜ੍ਹਾ ਸੀ, ਸੁਰਜੀਤ ਖੜ੍ਹਾ ਸੀ, ਵੀ ਸਾਡੇ ਤਿੰਨਾਂ ਦੇ ਉੱਤੇ ਨੇ ਲਿਆ ਕੇ ਜਾਣ ਬੁੱਝ ਕੇ ਗੱਡੀ ਵਿੱਚ ਮਾਰੀ ਹੈ, ਮਾਰ ਦੇਣ ਦੀ ਨੀਅਤ ਨਾਲ, ਜਿਹਦੇ 'ਤੇ ਅਸੀਂ 307 ਅਤੇ 14 FI No. 14 ਅੰਡਰ ਸੈਕਸ਼ਨ 307 IPC ਦੇ ਮਾਮਲਾ ਦਰਜ ਕਰ ਲਿਆ, ਜਿਹਦੇ ਵਿੱਚ ਇਹਦਾ ਸੁਖਵਿੰਦਰ ਹੈ ਜਿਹਦੇ ਹੈੱਡ ਇੰਜਰੀ ਆਈ ਹੈ ਸਿਰ ਦੇ ਵਿੱਚ ਅਤੇ ਹੋਰ ਸੱਟਾਂ ਵੀ ਲੱਗੀਆਂ ਨੇ, ਉਹ ਹੋਸਪਿਟਲ 'ਚ ਦਾਖਲ ਹੈ, IV ਹੋਸਪਿਟਲ 'ਚ ਦਾਖਲ ਹੈ। ਬਾਕੀ ਅਗਲੀ ਕਾਰਵਾਈ ਅਸੀਂ ਤਫਤੀਸ਼ ਦੌਰਾਨ ਕਰਾਂਗੇ, ਬੰਦਿਆਂ ਦੀ ਅਰੈਸਟ ਵਾਲੇ ਬਾਕੀ ਹੈ, FIR ਅਸੀਂ ਇਮੀਡੀਏਟਲੀ ਦੇਤੀ। ਸਰ, ਮੁੱਢਲੀ ਜਾਂਚ 'ਚ ਕੀ ਸਾਹਮਣੇ ਆਇਆ, ਉਹਨੇ ਕਿਉਂ ਗੱਡੀ ਚੜਾਈ? ਮੁੱਢਲੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਇਹਨਾਂ ਦਾ ਕੋਈ ਪਹਿਲਾਂ ਆਪਸ ਦੇ ਵਿੱਚ ਪੈਲਸ ਦੇ ਵਿੱਚ 2-4 ਦਿਨ ਪਹਿਲਾਂ ਕੋਈ ਝਗੜਾ ਝੁਗੜਾ ਹੋਇਆ ਸੀਗਾ, ਉਹਦੇ ਰਿਵੈਂਜ 'ਚ ਇਹਨੇ ਕੰਮ ਕੀਤਾ। ਪੁਲਿਸ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਕਾਰ ਚਾਲਕ ਇੰਦਰਜੀਤ ਸਿੰਘ ਦੇ ਖਿਲਾਫ਼ ਇਰਾਦਾ ਹੈ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਵੀ ਜਾਰੀ ਹੈ। ਇਸ ਭਿਆਨਕ ਵਾਰਦਾਤ ਦੀਆਂ CCTV ਤਸਵੀਰਾਂ ਵਾਕਈ ਲੂ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਨੇ।
ਗਨੀਮਤ ਹੈ ਕਿ ਇਹਨਾਂ ਲੋਕਾਂ ਦੀ ਜਾਨ ਬਚ ਗਈ, ਵਰਨਾ ਮੁਲਜ਼ਮ ਨੇ ਤਾਂ ਕੋਈ ਕਸਰ ਛੱਡੀ ਨਹੀਂ ਸੀ। ਪੀਟੀਸੀ ਨਿਊਜ਼ ਲਈ ਖੰਨਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਅੱਗੇ ਵੱਧਦੇ ਹਾਂ, ਗੱਲ ਜਗਰਾਉਂ ਦੀ ਕਰਦੇ ਹਾਂ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁੱਠਭੇੜ ਹੋਈ ਹੈ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ ਨੇ। ਇਸ ਸਭ ਦੇ ਵਿਚਾਲੇ ਇੱਕ ਗੋਲੀ ਇੱਕ ਗੈਂਗਸਟਰ ਦੀ ਲੱਤ 'ਤੇ ਜਾ ਵੱਜੀ ਹੈ। ਜੀ ਹਾਂ, ਜਗਰਾਉਂ ਦੇ ਇੱਕ ਵਪਾਰੀ ਕੋਲੋਂ ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਦੇ ਨਾਲ ਮੁੱਠਭੇੜ ਹੋਈ ਹੈ। ਇਸ ਮੁੱਠਭੇੜ ਦੌਰਾਨ ਪੁਲਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜੋ ਇੱਕ ਗੈਂਗਸਟਰ ਦੀ ਲੱਤ 'ਤੇ ਜਾ ਵੱਜੀ ਹੈ, ਜਿਸ ਕਾਰਨ ਮੁਲਜ਼ਮ ਜ਼ਖਮੀ ਦੱਸਿਆ ਜਾ ਰਿਹਾ ਹੈ, ਜਦਕਿ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ਜ਼ਖਮੀ ਗੈਂਗਸਟਰ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਮੁੱਠਭੇੜ ਤੋਂ ਬਾਅਦ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਹੈ, ਹਰ ਸ਼ੱਕੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਗੇ ਵੱਧਦੇ ਤੇ ਹੁਣ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ। ਆਖਿਰ ਕੋਈ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਜ਼ਿਆਦਾ ਕੀਮਤੀ ਹੋ ਸਕਦਾ ਹੈ ਜਾਂ ਫਿਰ ਕਿਸੇ ਇਨਸਾਨ ਦੀ ਜਾਨ? ਤੁਸੀਂ ਕਹੋਗੇ ਕਿ ਭਾਈ ਇਹ ਕਿਹੋ ਜਿਹਾ ਸਵਾਲ ਹੈ, ਕਿਸੇ ਇਨਸਾਨ ਦੀ ਕੀਮਤ, ਕਿਸੇ ਇਨਸਾਨ ਦੀ ਜਾਨ ਦੀ ਕੀਮਤ ਕਿਵੇਂ ਲਗਾਈ ਜਾ ਸਕਦੀ ਹੈ? ਪਰ ਜਨਾਬ, ਕੁਛ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਲਈ ਕਿਸੇ ਇਨਸਾਨ ਦੀ ਜਾਨ ਨਾਲੋਂ ਵੱਧ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਕੀਮਤੀ ਹੈ। ਉਹ ਕਿਸੇ ਇਨਸਾਨ ਦੀ ਜਾਨ ਦੀ ਪਰਵਾਹ ਨਹੀਂ ਕਰਦੇ, ਜ਼ਮੀਨ ਖਾਤਰ ਕਿਸੇ ਦੀ ਜਾਨ ਤੱਕ ਲੈ ਲੈਂਦੇ ਨੇ। ਅਤੇ ਅਜਿਹਾ ਹੀ ਹੋਇਆ ਹੈ ਪਠਾਨਕੋਟ 'ਚ। ਇੱਕ ਵਾਰ ਮੁੜ ਤੋਂ ਜ਼ਮੀਨ ਕਿਸੇ ਇਨਸਾਨ ਨਾਲ ਉਸ ਦੀ ਜਾਨ ਨਾਲੋਂ ਵੱਧ ਕੀਮਤੀ ਹੋ ਗਈ। ਇੱਕ ਵਾਰ ਮੁੜ ਤੋਂ ਜ਼ਮੀਨ ਖਾਤਰ ਜ਼ਮੀਨ 'ਤੇ ਹੀ ਕਿਸੇ ਇਨਸਾਨ ਦਾ ਖੂਨ ਡੁੱਲਿਆ ਹੈ। ਜੀ ਹਾਂ, ਸਭ ਕੁਝ ਹੋਇਆ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਖਾਤਰ। ਮਾਮਲਾ ਪਠਾਨਕੋਟ ਦੇ ਪਿੰਡ ਗੋਬਿੰਦਸਰ ਤੋਂ ਨਿਕਲ ਕੇ ਸਾਹਮਣੇ ਆਇਆ, ਜਿੱਥੇ ਰਾਤ ਦੇ ਸਮੇਂ ਖੇਤਾਂ 'ਚੋਂ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਇੱਕ ਪਰਿਵਾਰ ਨਾਲ ਉਹਨਾਂ ਦਾ ਝਗੜਾ ਚੱਲ ਰਿਹਾ ਸੀ। ਜਦ ਮ੍ਰਿਤਕ ਬੀਤੀ ਰਾਤ ਆਪਣੇ ਖੇਤਾਂ 'ਚ ਗਿਆ ਤਾਂ ਉਸਦਾ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਹ ਮੇਰੇ ਸਾਲਾ ਸਾਹਿਬ ਸੀਗੇ, ਇਹਨਾਂ ਦਾ ਰਾਤ ਮਰਡਰ ਕੀਤਾ ਗਿਆ ਹੈ। ਇਹ ਜ਼ਮੀਨੀ ਵਿਵਾਦ ਦੇ ਕਾਰਨ ਹੋਇਆ ਜੀ। ਇਹ ਪਹਿਲਾਂ ਵੀ ਸਾਨੂੰ ਸਾਡੇ ਸਾਲੇ ਸਾਹਿਬ ਨੂੰ ਸਾਰਿਆਂ ਨੂੰ ਇੱਕ ਮਹੀਨਾ ਪਹਿਲੇ ਇਹਨਾਂ ਨੇ ਮੇਰੇ ਸਹੁਰੇ 'ਤੇ ਅਟੈਕ ਕੀਤਾ ਸੀਗਾ, ਉਹਨਾਂ ਦੀ ਡੈਥ ਹੋ ਗਈ 2 ਤਰੀਕ ਨੂੰ, ਠੀਕ ਹੈ ਜੀ। ਹੁਣ ਇਹਨਾਂ ਨੇ ਰਾਤ ਨੂੰ ਮੇਰਾ ਸਾਲਾ ਇੱਥੇ ਮੋਟਰ 'ਤੇ ਆਇਆ ਚੱਕਰ ਲਗਾਉਣ ਲਈ, ਔਰ ਇਹਦਾ ਕਤਲ ਕੀਤਾ ਗਿਆ ਜੀ। ਇਹਨਾਂ ਦਾ ਕੋਈ 2-3 ਹੀ ਲੱਗਦਾ ਹੈ, ਉਹੀ ਹੈ ਇਹਦਾ ਜ਼ਮੀਨੀ ਵਿਵਾਦ ਉਹਨਾਂ ਨਾਲ ਹੀ ਚੱਲ ਰਿਹਾ, 4 ਸਾਲ ਤੋਂ ਚੱਲ ਰਿਹਾ। ਹੁਣ ਇਹਦਾ ਕੰਪਰੋਮਾਈਜ਼ ਵੀ ਹੋਇਆ ਸੀਗਾ ਕਿ 2-2 ਕਨਾਲਾਂ ਇਹਨਾਂ ਨੂੰ ਦੇਗਾ, ਕਿਉਂਕਿ ਉਹ ਲੇਕਿਨ ਦਿੱਤੀ ਨਹੀਂ ਗਈ ਇਹਨਾਂ ਨੂੰ ਜ਼ਮੀਨ, ਅਤੇ ਇਹਨਾਂ ਦਾ ਇਸੇ ਚੱਕਰ ਦੇ ਵਿੱਚ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਜੀ। ਇਹ ਜੀ ਜਿਹਦਾ ਕਤਲ ਹੋਇਆ ਮੇਰੇ ਤਾਏ ਦਾ ਮੁੰਡਾ, ਪਿਛਲੇ ਨਵੰਬਰ ਮਹੀਨੇ ਮੇਰੇ ਪਹਿਲੇ ਤਾਏ ਨੂੰ ਉਹਨਾਂ ਨੇ 3 ਜੀਆਂ ਨੇ ਕੁੱਟ ਕੇ ਮਾਰ ਮਾਰ ਕੇ ਮਾਰ ਛੱਡਿਆ। ਸਾਡੀ ਫਿਰ ਨਹੀਂ ਸੁਣਵਾਈ ਹੋਈ, ਸਾਡੇ 'ਤੇ ਦਬਾਅ ਪਾ ਕੇ ਸਾਡੇ ਤੋਂ ਜ਼ੋਰੋਵਰ ਦੀ ਰਾਜੀਨਾਮਾ ਕਰਵਾ ਲਿਆ। 2 ਤਰੀਕ ਨੂੰ ਉਹਦਾ ਡੈਥ ਹੋਈ ਆ, ਕੱਲ੍ਹ 25 ਦੀ ਰਾਤ ਨੂੰ ਮੇਰਾ ਭਰਾ ਇੱਥੇ ਫੇਰਾ ਮਾਰਨ ਆਇਆ,
ਇਹਨੇ ਮਗਰ ਪਤਾ ਨਹੀਂ ਕਿੱਦਾਂ ਜਾਂ ਕਿੱਦਾਂ ਕਰਾ ਕੇ ਇਹਨਾਂ ਉਹਦਾ ਵੀ ਕਤਲ ਕਰਾ ਤਾ। ਬੜੇ ਵਾਰੀ ਇਹਨੇ ਧਮਕੀਆਂ ਦਿੱਤੀਆਂ ਵੀ ਮੈਂ ਇੱਕ ਅੱਧਾ ਤੁਹਾਡਾ ਜੀ ਮਰਵਾ ਦੇਣਾ, ਸਾਡੇ ਦੋ ਜੀ ਮਰ ਗਏ, ਮੇਰਾ ਤਾਇਆ ਵੀ ਮਰ ਗਿਆ ਤੇ ਮੇਰਾ ਭਰਾ ਦਾ ਰਾਤ ਕਤਲ ਕਰਤਾ। ਮੰਗ ਇਹੋ ਜਿਹਾ ਪੀਣਾ ਚੁੱਕ ਕੇ ਅੰਦਰ ਸੁੱਟੋ, ਇਨਸਾਫ਼ ਚਾਹੀਦਾ। ਉੱਥੇ ਇਸ ਮਾਮਲੇ 'ਚ ਡੀ ਐਸ ਪੀ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਪਿੰਡ ਗੋਬਿੰਦਸਰ 'ਚ ਇੱਕ ਸ਼ਖਸ ਦਾ ਕਤਲ ਹੋ ਗਿਆ ਤਾਂ ਉਹਨਾਂ ਦੀ ਟੀਮ ਫੌਰਨ ਮੌਕੇ 'ਤੇ ਪਹੁੰਚੀ, ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਮੁਤਾਬਕ ਅੰਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਬੰਦੇ ਦਾ ਮੌਤ ਹੋਈ ਹੈ ਉਹਨਾਂ ਦੇ ਬਿਆਨ ਆਪਾਂ ਲਿਖ ਕੇ ਉੱਤੇ ਬਣਦੀ ਕਾਰਵਾਈ ਕਰ ਰਹੇ ਹਾਂ ਅਤੇ ਪ੍ਰੀਲਿਮਨਰੀ ਜੋ ਦੇਖਣ 'ਚ ਆਇਆ ਇਹ ਮਾਮਲਾ ਕਤਲ ਦਾ ਲੱਗਦਾ, ਕਿਉਂਕਿ ਜਿਹੜਾ ਬੰਦਾ ਖਤਮ ਹੋਇਆ ਨਰਿੰਦਰ ਕੁਮਾਰ ਉਹਦੇ ਸਿਰ ਦੇ ਪਿੱਛੇ ਹਥਿਆਰਾਂ ਨਾਲ ਸੱਟਾਂ ਲੱਗੀਆਂ ਅਤੇ ਇਹ ਮਾਮਲਾ ਪ੍ਰੀਲਿਮਨਰੀ ਤੌਰ 'ਤੇ ਕਤਲ ਦਾ ਲੱਗਦਾ ਅਤੇ ਇਹਦੇ ਉੱਪਰ ਆਪਾਂ ਹੁਣ ਬਣਦੀ ਕਾਰਵਾਈ ਕਰ ਰਹੇ। ਜੀ ਹਾਂ, ਇਹ ਕੋਈ ਪਹਿਲਾ ਮਾਮਲਾ ਨਹੀਂ ਜਦ ਜ਼ਮੀਨ ਖਾਤਰ ਇੱਕ ਇਨਸਾਨ ਨੇ ਦੂਜੇ ਦੀ ਜਾਨ ਲੈ ਲਈ ਹੋਵੇ। ਜ਼ਮੀਨ ਖਾਤਰ ਹੋਣ ਵਾਲੀਆਂ ਵਾਰਦਾਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇੰਜ ਜਾਪਦਾ ਹੈ ਕਿ ਅੱਜ ਦੇ ਇਸ ਦੌਰ 'ਚ ਲੋਕਾਂ ਦੇ ਦਿਲ ਪੱਥਰ ਹੋ ਚੁੱਕੇ ਨੇ ਅਤੇ ਉਹਨਾਂ ਨੂੰ ਜ਼ਮੀਨ ਦੇ ਅੱਗੇ ਕਿਸੇ ਦੀ ਜਾਨ ਦੀ ਕੋਈ ਕੀਮਤ ਨਜ਼ਰ ਹੀ ਨਹੀਂ ਆਉਂਦੀ। ਪੀਟੀਸੀ ਨਿਊਜ਼ ਲਈ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ। ਅਤੇ ਹੁਣ ਖਬਰਾਂ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ। 27 ਜਨਵਰੀ ਨੂੰ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਣਾ ਹੈ। ਇਸ ਨੂੰ ਸਰਕਾਰ ਆਪਣੀ ਵੱਡੀ ਉਪਲਬਧੀ ਦੱਸ ਰਹੀ ਹੈ, ਆਪਣੀ ਪਿੱਠ ਥਾਪੜ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਕੁਝ ਅਜਿਹੀਆਂ ਤਸਵੀਰਾਂ ਵੀ ਨਿਕਲ ਕੇ ਆਈਆਂ ਨੇ ਜੋ ਸਰਕਾਰ ਦੇ ਤਮਾਮ ਦਾਅਵਿਆਂ ਅਤੇ ਵਾਅਦਿਆਂ 'ਤੇ ਕਈ ਸਵਾਲ ਖੜ੍ਹੇ ਕਰ ਰਹੀਆਂ ਨੇ। ਲਓ ਰਿਪੋਰਟ ਵੇਖੋ। ਜਨਵਰੀ ਨੂੰ ਪੰਜਾਬ ਵਿਚ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਣਾ ਹੈ। ਪੰਜਾਬ ਸਰਕਾਰ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਪੱਬਾਂ ਭਾਰ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਆਮ ਆਦਮੀ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਸਿਹਤ ਢਾਂਚੇ ਦਾ ਸੂਰਤ ਹਾਲ ਪੂਰੀ ਤਰ੍ਹਾਂ ਬਦਲ ਜਾਵੇਗਾ। ਪਰ ਇਹ ਦੋ ਤਸਵੀਰਾਂ ਪੰਜਾਬ ਸਰਕਾਰ ਦੇ ਇਸ ਦਾਅਵੇ ਤੇ ਸਵਾਲ ਚੁੱਕ ਰਹੀਆਂ ਨੇ। ਸਵਾਲ ਇਸ ਲਈ ਕਿਉਂਕਿ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਨਵੇਂ ਮੁਹੱਲਾ ਕਲੀਨਿਕ ਖੋਲਣ ਦੇ ਲਈ ਸਿਰਫ ਪੁਰਾਣੀਆਂ ਇਮਾਰਤਾਂ ਅਤੇ ਰੰਗ ਰੋਗਨ ਦਾ ਇਸਤੇਮਾਲ ਕਰ ਰਹੀ ਹੈ। ਇਹ ਤਸਵੀਰਾਂ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀਆਂ ਨੇ ਜਿੱਥੇ ਮੁਹੱਲਾ ਕਲੀਨਿਕ ਦਾ ਕੰਮ ਜਾਰੀ ਹੈ। ਇੱਥੇ ਅਚਨਚੇਤ ਦੌਰਾ ਕਰਨ ਪਹੁੰਚੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਜਿਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਨਵੀਂ ਇਮਾਰਤ ਬਣਾਉਣ ਦੀ ਥਾਂ 66 ਸਾਲ ਪੁਰਾਣੀ ਅਤੇ ਅਨਸੇਫ ਐਲਾਨੀ ਜਾ ਚੁੱਕੀ ਇਮਾਰਤ ਵਿੱਚ ਹੀ ਮੁਹੱਲਾ ਕਲੀਨਿਕ ਖੋਲਣ ਜਾ ਰਹੀ ਹੈ ਤੇ ਉਸ ਦੇ ਲਈ ਜਿੰਨੀ ਕੁ ਮੁਰੰਮਤ ਕੀਤੀ ਜਾ ਰਹੀ ਹੈ ਤੇ ਉਸ ਉੱਤੇ ਜਿੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਉਹ ਕਿਤੇ ਨਾ ਕਿਤੇ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਦੇ ਵੱਲ ਇਸ਼ਾਰਾ ਕਰ ਰਿਹਾ ਹੈ। ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਇਹ 1966 'ਚ ਬਣਿਆ ਸੀ। ਬਿਲਡਿੰਗ ਲਗਭਗ 55-60 ਸਾਲ ਪੁਰਾਣੀ ਬਿਲਡਿੰਗ ਆ। ਇਹ ਬਿਲਡਿੰਗਾਂ ਅਨਸੇਫ ਡਿਕਲੇਅਰ ਹੋਈਆਂ ਹੋਈਆਂ ਨੇ। ਅੱਜ ਇਹਨਾਂ 'ਤੇ ਆ ਫੋਲ ਸੀਲਿੰਗ ਲਾ ਕੇ, ਅੱਜ ਇਹਨਾਂ 'ਤੇ ਥੋੜ੍ਹੀ ਮੁਰੰਮਤ ਕਰਕੇ
ਇਹਨਾਂ ਦੇ ਦਰਵਾਜ਼ੇ ਡਿੱਗਦੇ ਜਾ ਰਹੇ, ਇਹਨਾਂ ਨੂੰ ਪੇਂਟ ਕਰਕੇ 25-25 ਲੱਖ ਰੁਪਈਆ ਲੋਕਾਂ ਦਾ ਲਟਾ ਕੇ ਇਹ ਡਰਾਮਾ ਰਚਿਆ ਜਾ ਰਿਹਾ ਸਿਰਫ ਤੇ ਸਿਰਫ ਲੋਕਾਂ ਨੂੰ ਧੋਖੇ 'ਚ ਰੱਖਣ। ਆ ਕਿਵੇਂ ਪੁਰਾਣਾ ਦਰਵਾਜ਼ਾ ਐਨ ਉੱਤੇ ਲੀਪਾ ਪੋਚੀ ਕਰਕੇ ਕਿੰਨਾ ਚਿਰ ਕੱਟੂ? ਟਾਈਲਾਂ ਲਾਤੀਆਂ ਜੀ ਹੁਣ ਇਹਨਾਂ ਨੇ। ਆਹ ਦਰਵਾਜ਼ੇ ਦੇ ਹਾਲ ਵੇਖੋ, ਉੱਤੇ ਇਹਦੀ ਛੱਤ ਬਕਾਉਣ ਵਾਲੀ ਆ, ਸਾਰੇ ਹੀ ਖਿੜਕੀਆਂ। ਆਹ ਇੱਧਰ ਵੇਖੋ, ਆਹ ਵੇਖੋ ਜੀ ਖੜਿਆ ਸਾਰਾ ਪਹਿਲਾਂ ਪੁਰਾਣਾ ਰਿਸ਼ਤ। ਆਹ ਇਹਦੀ ਫਾਲ ਸੀਲਿੰਗ ਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ 25 ਲੱਖ, ਜਿਹੜਾ ਕੰਮ 4 ਲੱਖ ਦਾ ਨੀ ਉਹ 25 ਲੱਖ 'ਚ, ਬਾਕੀ ਪੈਸੇ ਕੌਣ ਖਾਣ ਲੱਗਿਆ? ਆਹ ਇਹਦਾ ਓਰੀਜਨਲ ਹੈ। ਆਹ ਹਾਲ ਵੇਖੋ ਜੀ, ਆਮ ਆਦਮੀ ਕਲੀਨਿਕ। ਆਹ ਬੋਰਡ ਵਿਖਾ, ਨਵਾਂ ਬੋਰਡ ਲੋਕਾਂ ਨੂੰ ਮੂਰਖ ਬਣਾਉਣ ਦਾ ਸਿਸਟਮ ਆ ਬਿਲਡਿੰਗ। ਆਹ ਓਰੀਜਨਲ ਬਿਲਡਿੰਗ ਹੈ, ਸਿਉਂਕ ਪਈ ਹੈ 50 ਸਾਲ। PWD ਕੀ ਇਹਨੂੰ ਕਹਿੰਦਾ ਅਨਸੇਫ ਨਹੀਂ ਹੈ? ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਜਿੱਥੇ ਪਹਿਲਾਂ ਹੀ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਿਹਾ ਹੈ ਤਾਂ ਕਿਉਂ ਸਰਕਾਰ ਉੱਥੇ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਥਾਂ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ? ਕੁਝ ਅਜਿਹੇ ਇਲਜ਼ਾਮ ਫਰੀਦਕੋਟ ਦੇ ਬਰਗਾੜੀ ਪਿੰਡ ਦੇ ਲੋਕ ਵੀ ਲਗਾ ਰਹੇ ਨੇ। ਇਸ ਪਿੰਡ ਵਿੱਚ ਸਾਲ 2010 ਵਿੱਚ ਅਕਾਲੀ ਸਰਕਾਰ ਵੇਲੇ ਪ੍ਰਾਇਮਰੀ ਹੈਲਥ ਸੈਂਟਰ ਖੋਲ੍ਹਿਆ ਗਿਆ ਸੀ ਤੇ ਲੋਕਾਂ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਸ PHC ਦਾ ਦਰਜਾ ਘਟਾ ਕੇ ਇਸ ਨੂੰ ਮੁਹੱਲਾ ਕਲੀਨਿਕ ਬਣਾ ਰਹੀ ਹੈ, ਜਦਕਿ ਸਰਕਾਰ ਨੂੰ ਇਸ ਦਾ ਦਰਜਾ ਵਧਾਉਣਾ ਚਾਹੀਦਾ ਸੀ। ਸਾਡੇ ਪਿੰਡ ਬਣਿਆ ਸੀਗਾ ਹਸਪਤਾਲ, ਇਹਨੂੰ ਵਧਾਉਣਾ ਤਾਂ ਕੀ ਸੀ? ਇਹਨੇ ਤਾਂ ਜਮਾਂ ਉਦੋਂ ਘਟਾ ਕੇ ਇਕੱਲੇ ਆਹ ਮੁਹੱਲਾ ਕਲੀਨਿਕ 'ਤੇ ਲਿਆਂਦਾ ਜੀ। ਸਿਰਫ ਇਹਨਾਂ ਨੇ ਇੱਕ ਲਿਪਾ ਚੁੱਪ ਉੱਚੀ ਕਰਕੇ ਮਾਰ ਕੇ ਰੰਗ ਰੁੰਗ ਅਤੇ ਮੁਹੱਲਾ ਕਲੀਨਿਕ ਦਾ ਨਾਂ ਆਪਦੇ ਨੂੰ ਦੇ ਲਿਆ ਅਤੇ ਆਪਦੀਆਂ ਫੋਟੋਆਂ ਲਾ ਲਈਆਂ ਉੱਪਰ। ਇਹ ਸਭ ਮੁਹੱਲਾ ਕਲੀਨਿਕ ਸਾਡਾ ਪਹਿਲਾਂ ਹੀ ਹਸਪਤਾਲ ਬਹੁਤ ਵਧੀਆ ਬਣਿਆ ਸੀ, ਬਹੁਤ ਵਧੀਆ ਚੱਲ ਰਿਹਾ ਸੀ। ਇਸ ਨੂੰ ਮੁਹੱਲਾ ਕਲੀਨਿਕ ਦੇ ਤੌਰ 'ਤੇ ਜੇ ਕੋਈ ਲੋਕਾਂ ਨੂੰ ਖਦਸ਼ਾ, ਜਿਹੜੇ ਸਟਾਫ ਨੂੰ ਵੀ ਖਤਰਾ ਵੀ, ਕਿਉਂਕਿ ਮੁਹੱਲਾ ਕਲੀਨਿਕ ਦਾ ਇੱਕ ਡਾਕਟਰ ਅਤੇ ਇੱਕ ਫਾਰਮਾਸਿਸਟ ਦੀ ਹੈ, ਉੱਥੇ ਨਾ ਤਾਂ ਕੋਈ ਲੈਬ ਅਟੈਂਡੈਂਟ ਹੋਣਾ ਨਾ ਉਹ ਨਰਸ ਉਹਦਾ, ਸਗੋਂ ਹੋਰ ਬਣਦਾ ਤਾਂ ਇਹ ਸੀ ਵੀ ਇੱਥੇ ਹੌਲੀ ਹੌਲੀ ਅਪਗ੍ਰੇਡ ਕਰਕੇ ਵੱਡਾ ਪਿੰਡ ਆ ਬਰਗਾੜੀ, ਬਹੁਤ ਵੱਡਾ ਇਤਿਹਾਸਿਕ ਪਿੰਡ ਆ, ਵੀ ਇੱਥੇ ਹਸਪਤਾਲ ਬਣਾਇਆ ਜਾਂਦਾ। ਇਹਨਾਂ ਨੂੰ ਤਾਂ ਪਹਿਲਾਂ ਚੱਲਦੀ ਸਹੂਲਤ ਨੂੰ ਵੀ ਇਹ ਤਾਂ ਘੱਟ ਕਰ ਰਿਹਾ, ਲੋਕ ਸਾਰਿਆਂ ਨੂੰ ਖਦਸ਼ਾ ਹੈ ਵੀ ਇੱਥੇ ਇੱਕ ਡਾਕਟਰ ਦੀ ਅਤੇ ਇੱਕ ਲੈਬ ਟੈਂਟ ਦੇ ਵਿੱਚ 4 ਨਰਸਾਂ ਦੀਆਂ ਪੋਸਟਾਂ ਚੱਕੀਆਂ ਜਾਣੀਆਂ ਅਤੇ ਲੈਬ ਟੈਂਟ ਦੀ ਚੱਕੀਆਂ ਸਿਰਫ ਰਹਿ ਜਾਣਗੇ। ਇਹਨਾਂ ਨੇ ਹੋਰ ਸਹੂਲਤ ਤਾਂ ਕੀ ਦੇਣੀ ਸੀ ਉਹ ਵੀ ਚੱਕ ਰਹੇ ਆ। ਲੋਕਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਮੇਂ 'ਚ ਇੱਥੇ ਕਾਫੀ ਚੰਗੀਆਂ ਸਿਹਤ ਸਹੂਲਤਾਂ ਮਿਲਦੀਆਂ ਸਨ, ਜਿਨ੍ਹਾਂ 'ਚ ਹੁਣ ਕਟੌਤੀ ਕਰ ਦਿੱਤੀ ਗਈ ਹੈ। ਅਜਿਹੇ 'ਚ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇੱਥੇ ਮਿਲਣ ਵਾਲੀਆਂ ਸਹੂਲਤਾਂ ਨੂੰ ਪੂਰਾ ਕਰਦੀ, ਪਰ ਸਰਕਾਰ ਰੰਗ ਰੋਗਨ ਕਰਕੇ ਆਪਣੀ ਤਸਵੀਰ ਲਗਾ ਕੇ ਸਿਰਫ ਆਪਣਾ ਨਾਂ ਚਮਕਾਉਣਾ ਚਾਹੁੰਦੀ ਹੈ, ਜੋ ਕਿ ਜਨਤਾ ਨੂੰ ਧੋਖਾ ਦੇਣ ਵਾਲੀ ਗੱਲ ਹੈ। ਮਜੀਠਾ ਤੋਂ ਸੁਨੀਲ ਦੇਵਗਨ ਅਤੇ ਅਮਨਦੀਪ ਲੱਕੀ ਦੇ ਨਾਲ PDC ਨਿਊਜ਼। ਅੱਗੇ ਵੱਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਇੱਕ ਅਸਲ ਹੀਰੇ ਦੀ ਜੋ ਕੱਖਾਂ ਵਾਂਗ ਰੁਲ ਰਿਹਾ ਹੈ। ਗੱਲ ਇੱਕ ਅਜਿਹੀ ਖਿਡਾਰਨ ਦੀ ਕਰਦੇ ਹਾਂ ਜਿਸ ਨੂੰ ਖੇਡਣ ਦਾ ਜਨੂੰਨ ਹੈ, ਜੋ ਸੂਬੇ ਦਾ ਕਈ ਵਾਰ ਨਾਂ ਰੋਸ਼ਨ ਕਰ ਚੁੱਕੀ ਹੈ, 27 ਮੈਡਲ ਜਿੱਤ ਚੁੱਕੀ ਹੈ, ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਅੱਜ ਇਹ 11 ਸਾਲਾਂ ਦੀ ਖਿਡਾਰਨ ਰਹਿ ਰਹੀ ਹੈ, ਉਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ। ਗਿਆਰਾਂ ਸਾਲਾਂ ਬੱਚੇ ਜਿਸਦੇ ਗਲ 'ਚ ਮੈਡਲ ਨੇ, ਖੇਡਣ ਦਾ ਜਨੂੰਨ ਵੀ ਹੈ, ਪਰ ਘਰ ਦੇ ਹਾਲਾਤ ਇਸ ਬੱਚੇ ਦੇ ਅੱਗੇ ਵਧਣ 'ਚ ਅੜਿੱਕਾ ਬਣ ਰਹੇ ਨੇ।
ਹਾਲਾਤ ਇਹ ਨੇ ਕਿ ਗਰੀਬੀ ਅੱਗੇ ਬੇਵਸ ਇਹ ਪੂਰਾ ਪਰਿਵਾਰ ਪਰਾਲੀ ਦੀ ਛੱਤ ਥੱਲੇ ਸੌਣ ਲਈ ਮਜਬੂਰ ਹੈ। ਇੱਥੋਂ ਤੱਕ ਕਿ ਘਰ ਵਿੱਚ ਸੌਣ ਲਈ ਇੱਕ ਮੰਜਾ ਤੱਕ ਨਹੀਂ ਹੈ। ਕੜਾਕੇ ਦੀ ਠੰਡ ਹੋਵੇ ਭਾਵੇਂ ਮੀਂਹ ਆਵੇ ਜਾਂ ਹਨੇਰੀ, ਇਹ ਪੂਰਾ ਪਰਿਵਾਰ ਥੱਲੇ ਹੀ ਸੌਂਦਾ ਹੈ। ਘਰ 'ਚ ਬਿਜਲੀ ਅਤੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਹਾਲਾਤਾਂ ਅੱਗੇ ਝੁਕਣ ਦੀ ਬਜਾਏ ਇਸ ਬੱਚੀ ਨੇ ਉਮੀਦ ਨਹੀਂ ਛੱਡੀ। ਕ੍ਰਿਸ਼ਨਾ ਕੁਮਾਰੀ ਪਿੰਡ 'ਚ ਪਹਿਲਾਂ ਲੋਕਾਂ ਦੇ ਘਰ ਦਾ ਗੋਹਾ ਕੂੜਾ ਸੁੱਟਦੀ ਹੈ, ਫਿਰ ਸਕੂਲ ਜਾਂਦੀ ਹੈ ਤੇ ਪੜ੍ਹਾਈ ਦੇ ਨਾਲ ਨਾਲ ਆਪਣੀਆਂ ਖੇਡਾਂ ਦਾ ਵੀ ਧਿਆਨ ਰੱਖਦੀ ਹੈ, ਪਰ ਇਸ ਉਮੀਦ ਨਾਲ ਕਿ ਕਦੇ ਉਸਦਾ ਵੀ ਸਮਾਂ ਆਵੇਗਾ, ਉਸਦੇ ਘਰ ਦੇ ਉਸਦੇ ਪਰਿਵਾਰ ਦੇ ਵੀ ਹਾਲਾਤ ਸੁਧਰਨਗੇ। ਜੀ ਹਾਂ, ਇਹ ਖ਼ਬਰ ਸਾਹਮਣੇ ਆਈ ਹੈ ਤਰਨ ਤਾਰਨ ਦੇ ਪਿੰਡ ਹਵੇਲੀਆਂ ਤੋਂ, ਜਿੱਥੇ ਇਹ ਬੱਚੀ ਅੱਗੇ ਵਧਣ ਲਈ ਘਰ ਦੇ ਹਾਲਾਤ ਸੁਧਾਰਨ ਲਈ ਮੁਸ਼ਕਿਲ ਦੌਰ 'ਚ ਲੰਘ ਰਹੀ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਕੁਮਾਰੀ ਹੁਣ ਤੱਕ ਪੰਜਾਬ ਦੇ ਲਈ 27 ਮੈਡਲ ਜਿੱਤ ਚੁੱਕੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਹੋਈਆਂ ਖੇਡਾਂ ਵਿੱਚੋਂ ਪੂਰੇ ਪੰਜਾਬ 'ਚੋਂ ਇਸ ਲੜਕੀ ਨੇ ਸ਼ਾਟਪੁੱਟ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਸੀ, ਪਰ ਪੱਲੇ ਸਿਰਫ ਮੈਡਲ ਪਏ। ਪ੍ਰਸ਼ਾਸਨ ਵੱਲੋਂ ਉਸਦੀ ਅੱਗੇ ਵਧਣ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ, ਪਰ ਇਹ ਮਨ ਨਾਲ ਕ੍ਰਿਸ਼ਨਾ ਕੁਮਾਰੀ ਸਰਕਾਰ ਅੱਗੇ ਇਹੋ ਗੁਹਾਰ ਲਗਾ ਰਹੀ ਹੈ ਕਿ ਸਰਕਾਰ ਉਸਦੀ ਮਦਦ ਕਰੇ ਤਾਂ ਕਿ ਉਹ ਵੀ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰ ਸਕੇ ਤੇ ਆਪਣੇ ਘਰ ਦਾ ਹਾਲਾਤ ਸੁਧਾਰ ਸਕੇ। ਸ਼ੌਕ ਮੈਨੂੰ ਨਿੱਕੇ ਦਾ ਖੇਡਣ ਦਾ ਸ਼ੌਕ ਸੀ। ਕਿੰਨੀ ਕਲਾਸ ਪੜ੍ਹਦੀ? ਹੁਣ ਮੈਂ 5ਵੀਂ ਚ ਪੜ੍ਹਦੀ। ਕਿਹੜੇ ਸਕੂਲ? ਸਰਕਾਰੀ ਐਲਮੈਂਟਰੀ ਸਕੂਲ ਹਵੇਲੀ। ਇੱਕ ਵੇਖੇ ਕਿੰਨੇ ਮੈਡਲ ਜਿਹੜੇ ਜਿੱਤੇ ਹੋਏ ਨੇ, ਕਿਹੜੀਆਂ ਕਿਹੜੀਆਂ ਖੇਡਾਂ 'ਚ ਤੇ ਕਿੱਥੇ ਕਿੱਥੇ ਜਿਹੜੇ ਖੇਡ ਕੇ ਮੈਡਲ ਜਿਹੜੇ ਜਿੱਤੇ? ਕੁਝ ਮੈਂ ਰੇਸਾਂ 'ਚ ਜਿੱਤਾ ਤੇ ਕੁਝ ਮੈਂ ਬੈਡਮਿੰਟਨ 'ਚ ਜਿੱਤੇ ਆ ਤੇ ਕੁਝ ਸ਼ਾਟਪੁੱਟ 'ਚ ਜਿੱਤੇ, ਕਬੱਡੀ 'ਚ ਬਸ। ਹੁਣ ਜਿਹੜੇ ਪੰਜਾਬ 'ਚ ਜਿਹੜੇ ਦੂਜੇ ਨੰਬਰ 'ਤੇ, ਕਿੱਥੇ ਖੇਡਾਂ ਹੋਈਆਂ ਸੀਗੇ? ਸ੍ਰੀ ਅਨੰਦਪੁਰ ਸਾਹਿਬ ਹੋਈਆਂ ਜੀ। ਅਨੰਦਪੁਰ ਸਾਹਿਬ? ਹਾਂਜੀ। ਪੂਰੇ ਪੰਜਾਬ 'ਚ ਦੂਜੇ ਨੰਬਰ 'ਤੇ ਆਏ ਸੀ? ਹਾਂਜੀ। ਤੁਸੀਂ ਕਿਹੜੇ ਗੇਮ 'ਚੋਂ ਆਏ ਜੀ ਦੂਸਰੇ ਨੰਬਰ 'ਤੇ? ਮੈਂ ਸ਼ਾਟਪੁੱਟ 'ਚ ਦੂਜੇ ਨੰਬਰ 'ਤੇ ਆਈ। ਘਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਵੇਖਣ ਦੇ ਆਗੇ, ਘਰ ਦੇ ਹਾਲਾਤ ਜਿਹੜੇ ਬਣੇ ਹੋਏ ਨੇ? ਘਰ ਦਾ ਹਾਲਾਤ ਔਖਾ ਹੀ ਨੇ। ਕਿਸ ਤਰ੍ਹਾਂ ਕਰਦੇ? ਬਾਹਰ ਕੰਮ ਵੀ ਕਰਨ ਜਾਂਦੇ ਤੜਕੇ? ਹਾਂਜੀ। ਲੋਕਾਂ ਦੇ ਘਰ? ਹਾਂਜੀ। ਤੇ ਬਾਅਦ ਚ ਸਕੂਲੇ ਜਾਂਦੇ ਹਨ? ਹਾਂਜੀ। ਤੇ ਆਣ ਕੇ ਕੀ ਕਰਦੇ? ਆਣ ਕੇ ਫੇਰ ਜਾਂਦੇ ਕੰਮ ਕਰਨ। ਅੱਛਾ। ਤੇ ਰਾਤ ਨੂੰ ਕਿਸ ਤਰ੍ਹਾਂ ਇਹ ਮੰਜੇ ਮੁੰਜਾ ਕੋਈ ਹੈ ਘਰ? ਨਹੀਂ। ਕੀ ਮੰਗ ਕੀ ਕਰਦੇ ਜੀ? ਮੰਗ ਕਰਦੇ ਸਰਕਾਰ ਤੋਂ ਸਾਡਾ ਘਰ ਬਣਾ ਦੇਵੇ ਤਾਂ ਜੋ ਮੈਂ ਗੇਮਾਂ ਖੇਡ ਸਕਾਂ ਤੇ ਗਾਂਹ ਵੱਜ ਸਕਾਂ ਤੇ ਆਪਣੇ ਪੰਜਾਬ ਲਈ ਖੇਡ ਸਕਾਂ। ਕ੍ਰਿਸ਼ਨਾ ਕੁਮਾਰੀ ਦੀ ਮਾਤਾ ਦਾ ਕਹਿਣਾ ਹੈ ਕਿ ਉਸਦੀ ਧੀ ਆਪਣੀ ਮਿਹਨਤ 'ਚ ਲੱਗੀ ਹੋਈ ਹੈ, ਪਰ ਘਰ ਦੇ ਹਾਲਾਤ ਉਸਨੂੰ ਅੱਗੇ ਵਧਣ ਨਹੀਂ ਦੇ ਰਹੇ ਕਿਉਂਕਿ ਉਸਦੀ ਧੀ ਨੂੰ ਆਪਣੇ ਨਾਲ ਨਾਲ 4 ਛੋਟੇ ਭੈਣ ਭਰਾਵਾਂ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਕਈ ਵਾਰ ਤਾਂ ਉਹਨਾਂ ਨੂੰ 2 ਵਕਤ ਦੀ ਰੋਟੀ ਤੱਕ ਵੀ ਨਸੀਬ ਨਹੀਂ ਹੁੰਦੀ। ਪੂਰੇ ਪਰਿਵਾਰ ਨੂੰ ਭੁੱਖੇ ਭਾਣੇ ਸੌਣ ਲਈ ਮਜਬੂਰ ਹੋਣਾ ਪੈਂਦਾ। ਪਿੰਡ ਵਾਸੀਆਂ ਵੱਲੋਂ ਵੀ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਬੱਚੀ ਖੇਡਾਂ 'ਚ ਅੱਗੇ ਵੱਧ ਸਕੇ। ਹਮ ਗੁਹਾ ਸੁਰਤਾ ਹੈ। ਤੋ ਜੇ ਬੱਚੀ ਸਵੇਰ ਕੀ ਕਰਤੀ ਹੈ ਤਾਂ ਜਬ ਸਕੂਲ ਜਾਣਾ? ਤੜਕੇ ਵੀ ਜਾ ਕੋ 6 ਵਜੇ ਹਮ ਕੋ ਸਾਥੇ ਗੁਹਾ ਸੁਟਾ ਦਿੱਤਾ ਹੈ ਤਭੀ ਸਕੂਲ ਜਾਤਾ ਹੈ ਤਭੀ ਫਿਰ ਵੀ ਸਕੂਲ ਜਾਤਾ ਹੈ ਤਭੀ ਫਿਰ ਚਾਹ ਚੁਪੀ ਕੋ ਚਲੇ ਜਾਤਾ ਹੈ ਗੁਹਾ ਸੁਣਨੇ। ਜੋ ਮੈਡਲ ਇਸਨੇ ਜੀਤੇ ਹੈ ਕੋ ਸਭੀ ਖੇਡੋ ਮੇ ਜੀਤੇ ਹੈ ਕਿ ਸਕੂਲ ਕੇ ਮੈਡਲੇ ਜੀ? ਇਹ ਖੇਲੋ ਮੇ ਜੀਤਾ ਹੈ। ਰੋਟੀ ਪਾਣੀ ਕੋ ਗੁਜ਼ਾਰਾ ਜਾਤਾ ਹੈ, ਗੁਹਾ ਸੁਰ ਕੋ ਲਾਤਾ ਹੈ, ਵਹੀ ਵੀ ਖਾਤਾ ਹੈ। ਜਿਸ ਤਰੀਕੇ ਦੇ ਮੈਡਲ ਇਤਨੇ ਬੱਚੀ ਨੇ ਜੀਤੇ ਹੋਏ ਹੈ, ਕੋਈ ਪ੍ਰਸ਼ਾਸਨ ਕਾ ਅਧਿਕਾਰੀ ਜਾਂ ਕੋਈ ਅੱਜ ਤੱਕ ਆਪਕੇ ਪਾਸ ਆਇਆ ਕਿ? ਕੋਈ ਨਹੀਂ ਆਇਆ, ਕੋਈ ਪੁੱਛਨੇ ਨਹੀਂ ਆਇਆ ਜੋ ਮੈਡਲ ਜੀਤ ਕੋ ਆਇਆ ਕਿਆ ਹੁਆ ਨਹੀਂ ਹੁਆ। ਇਹ ਕਭੀ ਰੋਟੀ ਖਾ ਕੋ ਜਾਤਾ ਹੈ, ਕਭੀ ਭੁੱਖੇ ਚਲੇ ਜਾਤਾ ਹੈ। ਹਾਲਾਤ ਇਹਨਾਂ ਦੇ ਤਰਸਯੋਗੀ ਆ ਤੇ ਇਹੀ ਮੰਗ ਕਰਦੇ ਹਾਂ ਕਿ ਏਡਾ ਵਧੀਆ ਪਲੇਅਰ ਆ, ਖੇਡਣ ਦਾ ਜਨੂੰਨ ਆ ਇਹਨੂੰ,
ਅਤੇ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਅਤੇ ਕਿ ਤਾਂ ਕਿ ਇਹ ਹੋਰ ਗੇਮਾਂ ਵੱਲ ਧਿਆਨ ਹੋਵੇ ਇਹਦਾ ਅਤੇ ਇੱਦਾਂ ਦੇ ਹੀਰੇ ਆਪਾਂ ਸਾਂਭੀਏ। ਪੰਜਾਬ ਸਰਕਾਰ ਖੇਡਾਂ ਨੂੰ ਲੈ ਕੇ ਦਾਅਵੇ ਕਾਫੀ ਵੱਡੇ ਵੱਡੇ ਕਰ ਰਹੀ ਹੈ, ਪਰ ਕ੍ਰਿਸ਼ਨਾ ਕੁਮਾਰੀ ਵਰਗੇ ਕਈ ਖਿਡਾਰੀ ਅਜਿਹੇ ਨੇ ਜੋ ਵਾਕਿਆ ਹੀ ਲੋੜਵੰਦ ਨੇ, ਜੋ ਮਦਦ ਲਈ ਤਰਸ ਰਹੇ ਨੇ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਖਿਡਾਰੀਆਂ ਤੱਕ ਪਹੁੰਚ ਕੀਤੀ ਜਾਵੇ, ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਖਿਡਾਰੀ ਆਪਣਾ ਭਵਿੱਖ ਸਵਾਰ ਸਕਣ। ਪੀ ਟੀ ਸੀ ਨਿਊਜ਼ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਲਜੀਤ ਸਿੰਘ ਦੀ ਰਿਪੋਰਟ।